ਜੀਤਾ ਨੀ ਜੀਤਾ ਹਾਂ ਮਾਂ ਆਈ ਹਾਂ ਮਾਂ ਇੱਕ ਤਾਂ ਪਤਾ ਨੀ ਤੁਹਾਨੂੰ ਕੀ ਟੈਨਸ਼ਨ ਹੋ ਜਾਂਦੀ ਹੈ ਮਾੜਾ ਜਾਣਾ ਦਿਖਾ ਨਾ ਬਸ ਤੁਹਾਨੂੰ ਤਾਂ ਇਹ ਹੋ ਜਾਂਦਾ ਪਤਾ ਨੀ ਕਿੱਥੇ ਚਲੇਗੀ ਚੱਲ ਕੋਈ ਨਾ ਪੁੱਤਰ ਗੱਲ ਸੁਣ ਮੇਰੀ ਹਾਂਜੀ ਆ ਸਾਰਾ ਦਿਨ ਤੂੰ ਗਾਉਣ ਵਜਾਉਣ ਦੇ ਪਿੱਛੇ ਪਈ ਰਹਿੰਦੀ ਹੈ ਇੰਨਾ ਪੜ੍ਹ ਲਿਖ ਲਈ ਕੋਈ ਨੌਕਰੀ ਬਾਰੇ ਵੀ ਸੋਚ ਲੈ ਪੁੱਤਰ ਲੈ ਨੀ ਮਾਂ ਤੂੰ ਪਤਾ ਨੀ ਕਿਹੜੀਆਂ ਟੈਨਸ਼ਨਾਂ ਚ ਪਈ ਰਹਿੰਦੀ ਆ ਗਾਉਣਾ ਵਜਾਉਣਾ ਕੀ ਦੱਸ ਛੋਟੀ ਗੱਲ ਆ ਇੰਨੀਆਂ ਇੰਨੀਆਂ ਵੱਡੀਆਂ ਦੇਖ ਲਾ ਬੀਬਾ ਸੁਰਿੰਦਰ ਕੌਰ ਕਿੰਨੀਆਂ ਕੋ ਮੈਨੂੰ ਤਾਂ ਸੱਚੀ ਦੱਸਾਂ ਉਹਨਾਂ ਕਰਕੇ ਤਾਂ ਮੇਰਾ ਦਿਲ ਲੱਗਿਆ ਰਹਿੰਦਾ ਗਾਉਣੇ ਵਜਾਉਣੇ ਦੇ ਵਿੱਚ ਮੈਂ ਤਾਂ ਉਹਨਾਂ ਦੀ ਸੱਚੀ ਬਹੁਤ ਵੱਡੀ ਫੈਨ ਆ ਤਾਂ ਹੀ ਤਾਂ ਮੈਂ ਸਾਰਾ ਦਿਨ ਗਾਉਂਦੀ ਰਹਿੰਦੀ ਆ ਤੂੰ ਐ ਨਾ ਟੈਨਸ਼ਨ ਲਿਆ ਕਰ ਚੱਲ ਚੰਗਾ ਧੀਏ ਤੂੰ ਰੋਟੀ ਖਾ ਲਾ ਚਿੱਤਰ ਬਾਪੂ ਆਉਣ ਵਾਲਾ ਹੈਗਾ ਮਾਂ ਬਾਪੂ ਆਉਣ ਵਾਲਾ ਨਾ ਫਟਾਫਟ ਰਿਆਜ਼ ਕਰ ਲਾ ਫਿਰ ਉਹਨੇ ਟਾਈਮ ਨੂੰ ਬਾਪੂ ਆ ਜੂਗਾ ਉਹਨੇ ਮੈਨੂੰ ਪਤਾ ਉਹਨੇ ਗਾਉਣ ਦੀ ਆਵਾਜ਼ ਸੁਣ ਕੇ ਮੈਨੂੰ ਜਦੇ ਗਾਲਾਂ ਕੱਢ ਲੱਗ ਜਾਣ ਬਸ ਮੈਂ ਹੁਣੇ ਨਾ ਹੁਣੇ ਥੋੜੀ ਦੇਰ ਚ ਫ੍ਰੀ ਹੋ ਜੂੰਗੀ ਚੱਲ ਚੱਲ ਤਾਂ ਚੱਲੀ ਹੋ ਜੂਗੀ ਹੈਗੀ ਠੀਕ ਹੈ ਮੈਂ ਵੀ ਆਪਦਾ ਕੰਮ ਕਰਦੀ ਹਾਂ ਨੀ ਬਲਬੀਰ ਕੁਰੇ ਉਹ ਬਲਬੀਰਾ ਹਾਂਜੀ ਆ ਗਏ ਤੁਸੀਂ ਓਏ ਹਾਂ ਆ ਗਿਆ ਬਣਾ ਲਈ ਰੋਟੀ ਰੋਟੀ ਹਾਂ ਹਾਂ ਰੋਟੀ ਤਾਂ ਮੈਂ ਬਣਾ ਕੇ ਰੱਖਦੀ ਸੀਗੀ ਤੇ ਮੈਂ ਤਾਂ ਹੁਣ ਦੁੱਧ ਰੱਖਦੀ ਸੀਗੀ ਇੱਥੇ ਤੇ ਆ ਜੀਤਾ ਕਿੱਧਰ ਗਈ ਹਾਂ ਜੀਤਾ ਹੁਣੀ ਗਈ ਆ ਅੰਦਰ ਰੋਟੀ ਰੋਟੀ ਖਾ ਲਈ ਉਹਨੇ ਅੰਦਰ ਇਹ ਕੁੜੀ ਜੀ ਨੇ ਨਾ ਲਹੂ ਪੀਤਾ ਹੋਇਆ ਮੇਰਾ ਕਿਉਂ ਕੀ ਗੱਲ ਹੋ ਗਈ ਕੀ ਦੱਸਾਂ ਆ ਪਿੰਡ 'ਚ ਲੋਕ ਨਾ ਸਿਰ ਜੋੜ ਜੋੜ ਗੱਲਾਂ ਕਰਦੇ ਨੇ ਅਖੇ ਕੁੜੀ ਇਹਨਾਂ ਦੀ ਲੱਥ ਨਿਕਲੂਗੀ ਲੈ ਦੱਸ ਤੁਸੀਂ ਤਾਂ ਐਵੇਂ ਹੀ ਲੋਕਾਂ ਦੇ ਮਗਰ ਲੱਗ ਕੇ ਐ ਬੋਲਣ ਲੱਗ ਜਾਂਦੇ ਹੋ ਉਹ ਕਾਨ ਇਹਨੂੰ ਹੋਰ ਕੋਈ ਕੰਮ ਨਹੀਂ ਚੱਕ ਕੇ ਬਾਜਾ ਬਹਿ ਜਾਂਦੀ ਆ ਲੈ ਆ ਲੱਗ ਰਹੀ ਹੈ ਗਾਉਣ ਤੈਨੂੰ ਸਮਝਾ ਨਹੀਂ ਸਕਦੀ ਹਾਏ ਹਾਏ ਕਹਿੰਦੇ ਸਮਝਾ ਨਹੀਂ ਸਕਦੀ ਚੱਲ ਕੋਈ ਨਾ ਉਹਦਾ ਸ਼ੌਂਕ ਹੈ ਪੜ੍ਹ ਲਿਖ ਵੀ ਲਈ ਹੁਣ ਆਹ ਸ਼ੌਂਕ ਵੀ ਪੂਰਾ ਕਰ ਲੈਂਦੇ ਓਏ ਇਹ ਕਿਹੜਾ ਸ਼ੌਂਕ ਹੋਇਆ ਕੰਜਰ ਖਾਨਾ ਦਾ ਕਿਹੜਾ ਸ਼ੌਂਕ ਹੈ ਇਹ ਤਾਂ ਦੱਸ ਤੁਸੀਂ ਤਾਂ ਆਪ ਹੀ ਘਰੇ ਕੰਜਰ ਖਾਨਾ ਕਹੀ ਜਾਂਦੇ ਫਿਰ ਲੋਕਾਂ ਨੇ ਤਾਂ ਕਹਿਣਾ ਹੀ ਕਹਿਣਾ ਹੈਗਾ ਓਏ ਲੋਕ ਝੂਠ ਨਹੀਂ ਬੋਲਦੇ ਸੱਚੀਆਂ ਗੱਲਾਂ ਕਹਿੰਦੇ ਨੇ ਲੋਕ ਤੂੰ ਤਾਂ ਕਹਿਤਾ ਕਹਿਣਾ ਚੱਲ ਚੰਗਾ ਤੁਸੀਂ ਜਾਓ ਅੰਦਰ ਮੈਂ ਤੁਹਾਡੇ ਵਾਸਤੇ ਰੋਟੀ ਲੈ ਕੇ ਆਉਣੀ ਆ ਜਾ ਦੇ ਰੋਟੀ ਆ ਦੇਖ ਕੀ ਖੇਖਣ ਕਰਦੀ ਆ ਉਹ ਕੁੜੀਏ ਮਾੜਾ ਮੋਟਾ ਦਿਮਾਗ ਦੇ ਹੱਥ ਮਾਰ ਆਪਣੇ ਦਾ ਕੋਈ ਖਾਨਦਾਨ ਚ ਵੀ ਨਹੀਂ ਇਹੋ ਜਿਹਾ ਜੀ ਜਹੀ ਤੂੰ ਬਣੀ ਫਿਰਦੀ ਹੈਗੀ ਬਾਪੂ ਮੈਂ ਕੀ ਕੀਤਾ ਕੀਤਾ ਕਿਉਂ ਨੀ ਸਾਰੀ ਰਾਤ ਨਹੀਂ ਸੌਣ ਦਿੰਦੀ ਆ ਤੈਨੂੰ ਗਾਉਣ ਵਜਾਉਣ ਨੂੰ ਕੀ ਹੋਇਆ ਕੰਮ ਨੀ ਕਰ ਸਕਦੀ ਕੋਈ ਕੰਮ ਸਿੱਖ ਲਾ ਕੋਈ ਸਿਲਾਈ ਸਿੱਖ ਲਾ ਬੇਬੇ 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 ਨਾਲੇ ਹੋਰ ਬੇਬੇ ਮੇਰੀ ਗੱਲ ਸੁਣ ਤੈਨੂੰ ਪਤਾ ਅੱਜ ਨਾ ਮੈਂ ਇੰਸਟਾਗ੍ਰਾਮ ਦੇ ਉੱਤੇ ਨਾ ਇੱਕ ਸਿੰਗਰ ਵੇਖਿਆ ਸੱਚੀ ਬਾਲਾ ਸੋਹਣਾ ਗਾਉਂਦਾ ਸੀ ਬੇਬੇ ਤੇ ਹਾਂ ਇੱਕ ਗੱਲ ਹੋਰ ਮੈਂ ਨਾ ਉਹਨੂੰ ਮੈਸੇਜ ਤਾਂ ਨਹੀਂ ਕੀਤਾ ਪਰ ਨਾ ਮੈਂ ਉਹਦੀਆਂ ਪੋਸਟਾਂ ਲਾਈਕ ਕਰਦੀ ਹਾਂ ਤੇ ਬੇਬੇ ਮੈਨੂੰ ਐਂ ਲੱਗਦਾ ਕਿ ਨਾ ਜਿਵੇਂ ਉਹ ਮੇਰੀਆਂ ਜੇ ਰੀਲਾਂ ਦੇਖ ਲਏ ਨਾ ਗਾਉਣ ਵਾਲੀਆਂ ਫਿਰ ਤਾਂ ਉਹ ਮੈਨੂੰ ਪੱਕਾ ਮੌਕਾ ਦੇ ਦੂਗਾ ਸੱਚੀ ਹਾਂ ਹੁਣ ਨਾ ਐਂ ਕਰਦੀ ਹਾਂ ਮੈਂ ਨਾ ਉਹਨੂੰ ਕਿਸ ਤੋਂ ਪਤਾ ਕਰਾਉਣੀ ਉਹ ਸਿੰਗਰ ਹੈ ਕਿੱਥੋਂ ਦਾ ਤੂੰ ਬਾਪੂ ਨੂੰ ਦੱਸੀ ਨਾ ਨਾ ਬਾਪੂ ਨੂੰ ਤਾਂ ਕੀ ਦੱਸਣਾ ਜਦੋਂ ਤੂੰ ਅੰਦਰ ਗਈ ਸੀ ਨਾ ਉਦੋਂ ਹੀ ਆ ਗਿਆ ਤੇਰਾ ਬਾਪੂ ਤਾਂ ਹੋਈ ਹੋਰ ਚੱਲ ਕੋਈ ਨਾ ਬੇਬੇ ਹੁਣ ਤਾਂ ਦੇਖੀ ਤੇਰੀ ਧੀ ਨਾ ਸਟੇਜਾਂ ਤੇ ਗਾਇਆ ਕਰੂ ਸੱਚੀ ਹਾਂ ਬੜੀ ਖੁਸ਼ੀ ਦੀ ਗੱਲ ਆ ਤੀ ਇਹ ਚੱਲ ਬੇਬੇ ਹੁਣ ਮੈਂ ਨਾ ਆਪਣੀ ਸਹੇਲੀ ਨੂੰ ਮਿਲਿਆ ਵਾਂ ਫਿਰ ਉਸ ਤੋਂ ਬਾਅਦ ਦੇਖਦੇ ਹਾਂ ਆਪਾਂ ਚੰਗਾ ਬੇਬੇ ਹਾਂ ਹਾਂ
ਹੈਲੋ ਹਾਂ ਸਤਿਗੁਰ। ਉਹ ਕਿਵੇਂ ਬਈ? ਉਹ ਵਧੀਆ ਸਤਿਗੁਰ, ਤੂੰ ਸੁਣਾ ਕਿਵੇਂ ਆ? ਵਧੀਆ ਵਧੀਆ। ਕਿੱਥੇ ਸੀ? ਮੈਂ ਪਿੰਡ ਆਇਆ ਸੀ। ਅੱਛਾ, ਪਿੰਡ ਆਇਆ ਤੂੰ? ਹਾਂ। ਉਹ ਬਹੁਤ ਟਾਈਮ ਹੋ ਗਿਆ ਮਿਲੀ ਯਾਰ, ਮੈਂ ਆਉਣਾ ਚੱਲ ਇੱਧਰ। ਅੱਛਾ, ਆ ਜਾ ਫਿਰ ਕੋਈ ਨਾ। ਕਿੱਧਰ ਆਏਗਾ? ਮੈਂ ਇੱਧਰ ਤੁਹਾਡੇ ਗੱਲ ਨਹੀਂ, ਸੱਥ ਨਹੀਂ ਤੁਰਿਆ ਆਉਣਾ। ਅੱਛਾ ਚੱਲ ਆ ਜਾ ਫਿਰ, ਸੱਥ ਦੇ ਬਹਿਣੇ ਆਪਾਂ। ਠੀਕ ਆ ਠੀਕ ਆ। ਓਕੇ ਓਕੇ ਚੰਗਾ। ਓਕੇ। ਆ ਵਿੱਚ ਫੋਨ ਕੀਤਾ ਜਾਂਦਾ। ਹੈਲੋ। ਓਏ ਬਹੁਤ ਟਾਈਮ ਆ ਪਿੰਡ ਆਇਆ, ਓਏ ਕਿੱਥੇ ਸੀ? ਉਹ ਸਤਿਗੁਰ ਬਸ ਆਪਣੇ ਚੰਡੀਗੜ੍ਹ ਹੀ ਰਹਿੰਦੇ ਸੀ, ਪਹਿਲਾਂ ਲੰਡਨ ਆਏ ਲੱਗ ਗਏ, ਫਿਰ ਚੰਡੀਗੜ੍ਹ ਵੱਗ ਗਏ ਯਾਰ ਉੱਥੇ। ਅੱਛਾ। ਹੁਣ ਬਸ ਟੈਨਸ਼ਨ ਜੀ ਹੋ ਗਈ ਤਾਂ ਕਰਕੇ ਪਿੰਡੇ ਆ ਗਿਆ। ਉਹ ਕੀ ਟੈਨਸ਼ਨ ਹੋ ਗਈ ਤੈਨੂੰ? ਬਸ ਸਹੇਲੀ ਸੀ, ਸਾਹ ਜਿਹਾ ਛੱਡ ਗਈ ਯਾਰ, ਤਾਂ ਕਰਕੇ ਹੁਣ ਉਰੇ ਆ ਗਿਆ। ਬਸ ਇੰਨੀ ਕੀ ਟੈਨਸ਼ਨ ਆ? ਉਹ ਕਿਹੜੀ, ਇੱਕ ਹੋਰ ਵੀ ਟੈਨਸ਼ਨ ਆ ਯਾਰ। ਹੁਣ ਹੋਰ ਕੀ ਹੋ ਗਿਆ? ਉਹ ਜਿਹੜੀ ਕੁੜੀ ਨਾਲ ਗਾਉਂਦੀ ਸੀ ਯਾਰ, ਹੁਣ ਉਹ ਵੀ ਸਾਹ ਜਿਹਾ ਦਿੰਦੀ ਹੈਗੀ, ਕੀ ਕਰਾਂ ਯਾਰ। ਓਏ ਤੂੰ ਤਾਂ ਉਹੀ ਟੈਨਸ਼ਨ ਲੈਂਦਾ, ਸਟਾਰ ਬੰਦਾ ਤੂੰ, ਇਹੋ ਜਿਹੀਆਂ ਹੋਰ ਬਥੇਰੀਆਂ ਆਉਣਗੀਆਂ, ਕਿਉਂ ਟੈਨਸ਼ਨ ਲੈਂਦਾ ਹੁੰਦਾ? ਉਹ ਤਾਂ ਠੀਕ ਆ, ਮੈਂ ਹੁਣ ਉੱਥੇ ਕਮਰੇ 'ਚ ਇਕੱਲਾ ਰਹਿੰਦਾ ਸੀ, ਬਸ ਤਾਂ ਕਰਕੇ ਮੈਂ ਚੱਲ ਪਿੰਡ ਜਾ ਆਉਣਾ, ਗੇੜਾ ਮਾਰੇ ਆਉਣਾ, ਚੱਲ ਦਿਮਾਗ। ਤੂੰ ਮਾੜੀ ਮੋਟੀ ਆ ਸਟੋਰੀ ਪਾ ਇੰਸਟਾ 'ਤੇ, ਕੁੜੀ ਕੁੜੀ ਆ ਜਾਣਗੇ ਤੇ ਕਿਉਂ ਟੈਨਸ਼ਨ ਲੈਂਦਾ ਹੁੰਦਾ, ਮਾੜੀ ਜਿਹੀ ਗੱਲ ਦੀ। ਚੱਲ ਚੱਲੀਏ ਫਿਰ। ਚੱਲ ਫਿਰ ਚੱਲਦੇ ਹਾਂ ਜਾ। ਉਹ ਆ ਫੋਨ ਜਾ ਵੀ ਯਾਰ, ਉਹੀ ਵਾਈਬ੍ਰੇਸ਼ਨ ਹੀ ਕਰਾ ਨੋਟ ਕਰ। ਉਹ ਕਦੇ ਲੱਗੇ ਟੂੰ ਟੂੰ ਕਰਨ, ਕਿਹਦਾ ਕੁਛ ਆ ਯਾਰ ਮੈਸੇਜ ਆਈ ਜਾਂਦੇ ਕਿਹਦੇ ਨੇ? ਉਹ ਪਤਾ ਨਹੀਂ ਯਾਰ, ਕੁੜੀ ਆ, ਮੈਂ 3-4 ਦਿਨਾਂ ਤੋਂ ਦੇਖੀ ਨਾ, ਲਾਈਕ ਕਰੀ ਜਾਂਦੀ ਆ ਫੋਟੋਆਂ ਹੀ ਆ। ਉਹ ਫਿਰ ਦੇਖ ਤਾਂ ਲੈ ਕੀ ਕਹਿੰਦੀ ਕੀ ਆ? ਉਹ ਛੱਡ ਪਰੇ ਆਪਾਂ ਕੀ ਲੈਣਾ ਯਾਰ, ਪਹਿਲੀ ਉਹ ਐ ਕਾਹਤੋਂ ਕਰਦਾ ਹੁੰਦਾ, ਕੋਈ ਫੈਨ ਫੂਨ ਹੁੰਦੀ ਆ ਦੇਖ ਲਾ ਤੂੰ। ਉਹ ਕੀ ਆ ਸਤਿਗੁਰ, ਕਾਹਨੂੰ ਚੱਕਰਾਂ ਐ ਪੈਣਾ? ਉਹ ਮੰਨਿਆ ਵੀ ਕਰ, ਦੇਖ ਤਾਂ ਸਹੀ, ਕੀ ਪਤਾ ਕੋਈ ਕੰਮ ਦੀ ਹੋਵੇ। ਚੱਲ ਤੂੰ ਕਹਿਣਾ ਤਾਂ ਦੇਖ ਲੈਣਾ। ਨਹੀਂ ਦੇਖ, ਪ੍ਰੋਫਾਈਲ ਖੋਲ ਕੇ ਦੇਖ ਕਿਵੇਂ ਆ ਕੋਈ। ਇਹਦਾ ਕੋਈ ਕੁੜੀ ਲੱਗਦਾ ਮੈਨੂੰ, ਕੋਈ ਸਿੰਗਰ ਲੱਗਦੀ ਆ ਯਾਰ। ਪਰ ਤੂੰ ਐਂ ਦੇਖ, ਮੈਸੇਜ ਮੂਸੀ ਪਹਿਲਾਂ ਕੀਤੇ ਹੋਏ ਨੇ, ਤੇਰਾ ਕੰਮ ਬਣ ਜੂਗਾ ਨਾਲ, ਤੈਨੂੰ ਲੋੜ ਲੱਗ ਜੂ। ਉਹ ਕੀ ਕਰਨਾ ਯਾਰ, ਉਹ ਸਮਝਦਾ ਨਹੀਂ ਹੈਗਾ, ਆਪੀ ਆਈ ਅਗਲੇ, ਆਪਾਂ ਨੂੰ ਵੀ ਚੱਕਰ ਆ, ਤੂੰ ਦੇਖ ਮੈਸੇਜ ਤਾਂ ਨਹੀਂ ਆਇਆ ਕੋਈ, ਫਿਰ ਮੈਸੇਜ ਕਰਦੀ, ਮੈਸੇਜ ਕਰਦੀ ਫਿਰ ਆਪਾਂ, ਹੋਰ ਨਾਲ ਤੇਰਾ ਕੰਮ ਬਣ ਜੂਗਾ। ਚੱਲ ਤੂੰ ਕਹਿਣਾ ਕਰ ਦਿੰਦੇ ਆ, ਚੱਲ ਹੋਰ ਇਹਨੇ ਤਾਂ ਤੈਨੂੰ ਮੈਸੇਜ ਆ, ਤੂੰ ਦੇਖ ਲੈ ਕੋਈ ਤਾਂ ਹੁੰਦਾ ਹੀ ਕੰਮ। ਚੱਲ ਮੈਂ ਮੈਸੇਜ ਛੱਡਤਾ ਹੁਣ ਇਹਨੂੰ, ਦੇਖ ਲੈ ਚਲੋ ਕੀ ਕਹਿੰਦੇ ਆ ਇਹ, ਉਹੀ ਡਰੀਜਨ ਲੱਗਦਾ ਜਾ। ਤੁਸੀਂ ਦੱਸੋ ਕਿਵੇਂ ਚੱਲਦਾ ਕੰਮ ਕਾਰ? ਕੰਮ ਕਾਰ ਜਮਾ ਟੌਪ ਤੇ ਹੁਣ ਤੱਕ ਤਾਂ, ਰੱਬ ਦੀ ਕਿਰਪਾ। ਉਹ ਸੌਂਗ ਮੈਂ ਸੁਣਿਆ ਸੀਗਾ ਤੁਹਾਡਾ, ਘੈਂਟ ਸੀਗਾ, ਘੈਂਟ ਗੱਲਬਾਤ ਸੀਗੀ। ਅੱਛਾ ਅੱਛਾ, ਦੱਬ ਕੇ ਸ਼ੇਅਰ ਕਰਿਆ ਆਪਾਂ ਨੇ। ਠੀਕ ਹੈ ਠੀਕ ਹੈ ਠੀਕ ਹੈ। ਇਹ ਨਵਾਂ ਪ੍ਰੋਜੈਕਟ ਫਿਰ ਕਦੋਂ ਆ ਰਿਹਾਗਾ? ਬਾਹਰ ਹੈ ਆਪਣੇ 3-4 ਪ੍ਰੋਜੈਕਟ ਨੇ। ਅੱਛਾ ਅੱਛਾ, ਸਿੰਗਲ ਹੀ ਆ ਰਹੇ ਨੇ ਬਈ? ਹਾਂ ਸਿੰਗਲ ਆ ਰਹੇ ਨੇ ਆਪਣੇ। ਅੱਛਾ, ਤੇ ਮੈਂ ਤੁਹਾਨੂੰ ਐਂ ਕਹਿੰਦਾ ਸੀ ਯਾਰ, ਜੇ ਤੁਸੀਂ ਡਿਊਟ ਮਾਰੂੰਗੀ ਚੱਕ ਮੈਂ ਜਾ, ਵਧੀਆ ਜਾ, ਘੈਂਟ ਜਾ, ਜਿਵੇਂ ਅੱਜ ਕੱਲ੍ਹ ਚੱਲਦਾ ਟ੍ਰੈਂਡਿੰਗ 'ਚ ਡਿਊਟ ਕੁੜੀਆਂ ਨਾਲ। ਕੋਈ ਗੱਲ ਨਹੀਂ, ਡਿਊਟ ਕਰ ਦਾਂਗੇ, ਵਧੀਆ ਜਾ, ਕੋਈ ਦੇਖ ਲਓ। ਬਸ ਮੈਂ ਇਹੀ ਦੇਖ ਰਿਹਾ ਸੀ ਕੋਈ ਕੁੜੀ ਨਹੀਂ ਯਾਰ ਮਿਲ ਰਹੀ ਕੋਈ ਆਪਦੀ ਆਵਾਜ਼ 'ਚ ਕੋਈ, ਹੈ ਨਾ। ਉਹ ਅੱਜ ਕੱਲ੍ਹ ਦਾ ਬਈ ਯਾਰ, ਕੁੜੀਆਂ ਇੰਸਟਾਗ੍ਰਾਮ ਤੋਂ ਹੀ ਮਿਲ ਜਾਂਦੀਆਂ ਨੇ, ਕਿੰਨੀਆਂ ਤਾਂ ਰੀਲਾਂ ਦੇਖਦੇ ਆ। ਉਹ ਤਾਂ ਠੀਕ ਆ ਬਈ ਯਾਰ, ਮਾੜਾ ਵੋਕਲ ਦਾ ਹੁੰਦਾ ਨਾ, ਤਾਂ ਕਰਕੇ ਉਹਦਾ ਚੱਕਰ ਜਿਹਾ ਪਿਆ। ਬਸ ਕਰ ਰਿਹਾ ਕੋਈ ਨਾ, ਜਲਦੀ ਕਰਾਂਗੇ, ਦੇਖਿਆ ਪੈਣੇ ਨੇ ਡਿਊਟ ਤੇ ਕਰਾਂਗੇ ਜ਼ਰੂਰ। ਠੀਕ ਹੈ, ਹੋਰ ਵਧੀਆ ਵਧੀਆ ਵਧੀਆ। ਹੋਰ ਸਤਿਗੁਰ ਤੂੰ ਕਿਵੇਂ? ਮੈਂ ਤਾਂ ਠੀਕ ਆ, ਹੋਣਾ ਹੀ ਹੈ ਜ਼ਿਆਦਾ। ਅੱਛਾ, ਹੁਣ ਤਾਂ ਲੱਗਦਾ ਤੇਰੀ ਵੀ ਚੜਾਈ ਆ ਬਾਈ ਨਾਲ ਪੂਰੀ। ਉਹ ਨਾ ਨਾ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਨਾ ਨਾ, ਹੈਗੀ ਆ ਚੜਾਈ ਤਾਂ ਯਾਰ। ਨਾ ਨਾ, ਤੇ ਬਈ ਮੈਂ ਤਾਂ ਤੁਹਾਨੂੰ ਐਂ ਕਹਿੰਦਾ ਸੀ ਯਾਰ, ਊਂ ਤਾਂ ਮਿਹਨਤ ਵਾਲੀ ਗੱਲ ਹੀ ਹੈ, ਜਿਵੇਂ ਹੁਣ ਤੁਸੀਂ ਸੌਂਕ ਜਾ ਮੁੰਡੇ ਮਾਂਡੇ ਪਾਉਣੇ ਹੁੰਦੇ ਹੋ, ਮੇਰਾ ਵੀ ਤੂੰ ਕਰਾ ਦੋ ਮਾੜਾ ਮੋਟਾ ਸੀਨ ਜਾ। ਨਾ ਨਾ ਬਿਆਨਤ, ਤੇਰੇ ਬਸ ਦੀ ਗੱਲ ਨਹੀਂ ਹੈਗੀ, ਤੂੰ ਘਰੇ ਕੰਮ ਕਰ ਲਿਆ ਕਰ ਆਪਦੇ। ਚੱਲ ਅਸੀਂ ਚੰਗਾ, ਅਸੀਂ ਚੱਲਦੇ ਯਾਰ, ਲੇਟ ਹੋ ਜਾਂਦੇ, ਅਸੀਂ ਜਾਣਾ। ਚਲੋ ਚੰਗਾ, ਠੀਕ ਹੈ ਜੀ।
ਐਵੇਂ ਚੱਕੀ ਫਿਰਦੇ ਨੇ ਵੱਡੀਆਂ ਫੀਲਿੰਗਾਂ ਕਿ ਤੇਰੇ ਤੋਂ ਹੋਣਾ ਨਹੀਂ, ਮੇਰੇ 'ਚ ਬਣਾਉਂਦੇ ਕੋਈ ਘਾਟ ਹੈਗੀ? ਇਹ ਆਉਂਦਾ ਪਿੰਡ 'ਚ ਕੁੱਤਾ ਵੀ ਨਾ ਪੁੱਛੇ ਕੋਈ, ਮੈਂ ਕਰਦਾ ਗਾ। ਉਹ ਜੀਤਾ ਨਹੀਂ ਹੈਗੀ ਤਾਏ ਦੀ ਕੁੜੀ, ਉਹਦੇ ਨਾਲ ਕਨੈਕਟ ਕਰਦਾ ਗਾ, ਉਹਦੇ ਇੱਕ ਦੋ ਸਿੰਗਰਾਂ ਨਾਲ ਹੈਗੇ ਵੀ ਨੇ, ਉਹ ਦਵਾਊ ਮੈਨੂੰ ਰੋਲ ਕਿਸੇ ਗਾਣੇ 'ਚ। ਇਹਨਾਂ ਨੂੰ ਕਿਹੜਾ ਪੁੱਛਦਾ ਲੰਡੂਆਂ ਨੂੰ, ਆਹ ਦੇਖ ਲਾ ਲੰਡੂ ਜਾ, ਕਹਿੰਦਾ ਮੈਨੂੰ ਗਾਣੇ 'ਚ ਲੈ ਲਓ, ਕਰਦੀ ਤਾਂ ਤੂੰ ਸਮਝਦੀ ਨਹੀਂ ਹੈਗੀ। ਉਹ ਕੀ ਹੈ ਯਾਰ ਦਿਮਾਗੀ ਜਿਹਾ ਬੰਦਾ ਇਹ, ਫਿਊਚਰਿੰਗ ਦਾ ਮਤਲਬ ਨਹੀਂ ਪਤਾ ਹੋਣਾ, ਗਾਣੇ 'ਚ ਲੈ ਲੈ ਇਹਨੂੰ ਵੱਡੇ ਰੰਜੇ ਨੂੰ। ਹੋਰ ਯਾਰ ਉਹ ਮੈਂਟਲ ਦਾ ਸਲਾਹ ਵਧੀਆ ਦੇ ਗਿਆ ਨਾ, ਕਿਵੇਂ ਵੀ ਤੈਨੂੰ ਕਿਹਾ ਨੀ, ਜਿਵੇਂ ਮੈਂ ਤੈਨੂੰ ਕਹਿ ਦੀ ਇੰਸਟਾ 'ਤੇ ਲੱਭ ਲਾ ਕੋਈ ਕੁੜੀ ਗਾਣੇ ਗੂਣੇ ਵਾਲੀ, ਉਹ ਬਥੇਰਾ ਇੰਸਟਾ 'ਤੇ ਟੈਲੈਂਟ ਫਿਰਦਾ, ਉੱਥੋਂ ਦੇਖ। ਮੈਂ ਤਾਂ ਤੈਨੂੰ ਐਂ ਕਹਿੰਦਾ ਜਿਹੜੀ ਨਾ ਮੈਸੇਜ ਆ ਕੇ ਰਿਪਲਾਈ ਨਾ, ਤੂੰ ਇਹਨੂੰ ਦੇਖ, ਇਹ ਆ ਜੂ ਹਿਸਾਬ 'ਚ ਆਪਣੇ। ਚੱਲ ਫਿਰ ਇਹ ਦੇਖ ਲਾਂਗੇ ਆਪਾਂ, ਓਏ 4-5 ਸਟੋਰੀ ਜੀਆਂ ਵਧੀਆ, ਇੰਨੇ 'ਚ ਆਪਣੇ ਨਾਲ ਸਾਥ ਦੇ ਦੂ ਵਧੀਆ। ਚੱਲ ਫਿਰ ਕੋਈ ਨਾ ਸਾਧੂ, ਫਿਰ ਜੇ ਤੂੰ ਕਹਿੰਦਾ ਆਪਾਂ ਕਰ ਲੈਣੇ ਕੰਮ ਇਹ। ਹਾਂ ਅੱਜ ਹੀ ਲੈ। ਤੇਰੇ ਤੋਂ ਰੱਖਿਆ ਹੋਣਾ ਚੰਨ ਦਾ ਨਾ ਚੰਨ ਅੜੀਏ ਨਾ, ਆ ਨਹੀਂ ਜਿੱਤਾ ਹੋਰ ਗਾਣਾ ਕੋਈ। ਇਹਨਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵੱਸਦਾ। ਹਾਂ ਅੱਜ ਆਹ ਗਾਣੇ 'ਤੇ ਪ੍ਰੈਕਟਿਸ ਕਰਦੀ ਹਾਂ, ਘਰੇ ਬਾਪੂ ਨਾ ਜੇ ਪਹਿਲੀ ਪ੍ਰੈਕਟਿਸ ਕਰ ਲੈਂਦੀ ਹਾਂ ਮੈਂ। ਤੈਨੂੰ ਫੁੱਲਾਂ ਵਾਂਗੂ ਰੱਖੂਗਾ ਸ਼ਕੀਨ ਜੱਟ ਨੀ, ਤੈਨੂੰ ਫੁੱਲਾਂ ਵਾਂਗੂ ਰੱਖੂਗਾ ਸ਼ਕੀਨ ਜੱਟ ਨੀ, ਜਿਵੇਂ ਸਾਂਭ ਸਾਂਭ ਰੱਖਦਾ ਜ਼ਮੀਨ ਜੱਟ ਨੀ। ਜਿਵੇਂ ਸਾਂਭ ਸਾਂਭ ਰੱਖਦਾ ਜ਼ਮੀਨ ਜੱਟ ਨੀ, ਤੈਨੂੰ ਫੁੱਲਾਂ ਬੇਬੇ ਨੀ। ਬੇਬੇ ਇਹ ਕਿੱਥੇ ਚਲੀ ਗਈ ਬੇਬੇ ਦੀ ਅੱਜ? ਉਹ ਲੈ ਜਾ ਭਾਂਡੇ, ਕਿੱਥੇ ਪਏ ਰਹਿਣਗੇ, ਹੱਥ ਜੇ ਮਰੀ ਜਾਂਦੀ ਆ। ਲੈ ਜੀ, ਤੁਸੀਂ ਤਾਂ ਉਹੀ ਖਿਜੇ ਜੇ ਬੈਠੇ ਹੋ, ਕੀ ਗੱਲ ਹੋ ਗਈ? ਉਹ ਕੋਈ ਗੱਲ ਨਹੀਂ ਹੁੰਦੀ, ਮੈਨੂੰ ਐਂ ਕਰ ਆ ਚਾਰ ਹੀ ਕੁੱਟ ਲੈ ਦੇ, ਮੈਂ ਖੇਤ ਜਾਣਾਗਾ। ਨਾਲੇ ਉਹ ਕੁੜੀ ਕਿੱਧਰ ਗਈ? ਅੱਛਾ ਉਹ ਤਾਂ ਆਪਣੀ ਸਹੇਲੀ ਦੇ ਘਰੇ ਗਈ ਹੈ। ਤੂੰ ਉਹਨਾਂ ਨੂੰ ਬਾਲਾ ਨਾ ਬਾਹਰ ਕੱਢਿਆ ਕਰ, ਜਮਾਨਾ ਪਤਾ ਕਿੰਨਾ ਮਾੜਾਗਾ, ਚੱਕਦੀਆਂ ਮੂੰਹ ਨੂੰ ਬਾਹਰੇ ਭੇਜ ਦਿੰਦੀ ਹੈਗੀ। ਲੈ ਦੱਸ, ਇੰਨੀ ਸਿਆਣੀ ਕੁੜੀ ਆ ਆਪਣੀ, ਤੁਸੀਂ ਐਂ ਕਾਹਤੋਂ ਬੋਲੀ ਜਾਂਦੇ ਹੁੰਦੇ ਹੋਗੇ? ਓਏ ਕੁੜੀ ਦਾ ਸਿਆਣੀ ਆ, ਪਰ ਜਿਹੜੀਆਂ ਉਹਦੇ ਸਹੇਲੀਆਂ ਨੇ ਉਹ ਨਹੀਂ ਸਿਆਣੀ ਹੈਗੀਆਂ, ਜਿਹਨਾਂ ਰਲਦੀ ਆ। ਚੱਲ ਚੰਗਾ, ਆਹ ਗੱਲ ਤੁਸੀਂ ਆਪ ਹੀ ਕਹਿ ਦਿਓ ਜੀਤਾਂ ਨੂੰ, ਠੀਕ ਹੈ ਨਾ? ਇੱਕ ਉਹਦੀ ਆਦਤ ਇਹੀ ਜਿਹੀ ਮਾੜੀ ਹੈਗੀ, ਰਾਤ 'ਚ ਹੀ ਲੈ ਗੀਤ ਗਾਉਂਦੀ ਜਾਊਗੀ, ਇੰਨੀ ਭੈੜੀ ਲੱਗਦੀ ਆ ਸੜਦੇ ਗੱਲਾਂ। ਮੈਨੂੰ ਇੱਕ ਦੋ ਬੰਦਿਆਂ ਨੇ ਕਿਹਾ ਕਦੇ ਗਾਉਂਦੀ ਫਿਰਦੀ ਹੁੰਦੀ ਆ। ਚੱਲ ਚੰਗਾ, ਤੁਸੀਂ ਤਾਂ ਲੋਕਾਂ ਦੇ ਮਗਰ ਲੱਗ ਕੇ ਕਹਿਣਾ ਹੀ ਕਹਿਣਾ, ਐਵੇਂ ਨਾ ਮਨ ਆਪਦਾ ਉਹ ਕਰਿਆ ਕਰੋ, ਠੀਕ ਹੈ ਨਾ? ਬਥੇਰੀ ਸਿਆਣੀ ਆ ਸੁਖਣਾ ਆਪਣੀ ਕੁੜੀ, ਜਵਾਨ ਧੀ ਆ, ਸੋਚ ਤਾਂ ਰਹਿੰਦੀ ਵਾ, ਜੇ ਕੋਈ ਲਾਂਭਾ ਨਾ ਜੇ। ਚੰਗਾ ਚੰਗਾ ਠੀਕ ਹੈ, ਮੈਂ ਚਾਹ ਬਣਾ ਕੇ ਦਿੰਦੀ ਹਾਂ ਤੁਹਾਨੂੰ। ਲਿਆ ਦੇ ਚਾਹ। ਸਤਿ ਸ੍ਰੀ ਅਕਾਲ ਤਾਇਆ। ਜੀਤਾ ਬਾਲੀ ਮਸ਼ਹੂਰ ਹੋ ਰਹੀ ਇੰਸਟਾਗ੍ਰਾਮ ਤੇ, ਮੈਨੂੰ ਕਹਿੰਦਾ ਸਾਰਿਆਂ ਨੂੰ ਪਤਾ ਹੈਗਾ। ਆ ਦੇਖ ਰੀਲਾਂ ਦੇਖ ਉਹਦੀਆਂ, ਕਿੰਨਾ ਸੋਹਣਾ ਗਾਉਂਦੀ ਦੇਖ। ਉਹ ਚੰਗਾ ਬੰਦ ਕਰ ਦੇ, ਉਹ ਲੱਖ ਲੱਖ ਵਿਊ ਨੇ ਤਾਇਆ। ਉਹ ਚੰਗਾ ਤੂੰ ਇਹ ਜਿਹੀਆਂ ਚੀਜ਼ਾਂ ਦੇਖਾਂਗਾ, ਠੀਕ ਆ।
ਰੀਲ ਪਾਈ ਸੀ ਅੱਜ ਮੈਂ, ਆ ਵੀ ਨੀ ਮੇਰੀ ਤਾਂ ਵਾਇਰਲ ਹੋਈ ਹੈਗੀ। ਇੱਕ ਤਾਂ ਲੋਕੀ ਰਿਕੁਐਸਟਾਂ ਬਹੁਤ ਭੇਜੀ ਜਾਂਦੇ ਆ ਸਾਰਾ ਦਿਨ। ਓਏ ਤੈਨੂੰ ਤਾਂ ਮੈਂ ਕਹਿੰਦਾ ਸੀ ਆਪਣਾ ਮਿੱਤਰ ਆ ਸਤਿੰਦਰ ਨੀ ਹੈ ਜਿਹੜਾ ਤੇਰਾ, ਉਹਦੇ ਨਾਲ ਗਾਣਾ ਕਰਾਈਏ। ਪ੍ਰਦੀਪ ਦਾ ਵਧੀਆ ਮਿੱਤਰ ਆ। ਅੱਛਾ ਹਾਂ, ਮੈਂ ਕਹਿ ਕੇ ਕਰਵਾ ਦੂੰਗਾ ਗੱਲ। ਓਏ ਮਿਲਿਆ ਸੀ ਮੈਨੂੰ ਮੁਹੱਲੇ। ਅੱਛਾ, ਬਹੁਤ ਕਾਇੰਡ ਆ ਬੰਦਾ ਉਹ। ਮੈਂ ਕਿਹਾ ਸੀ ਉਹਨੂੰ, ਕਹਿੰਦਾ ਕਰਾਂਗੇ ਆਪਾਂ ਇਕੱਠੇ ਕੰਮ। ਓਏ ਉਹ ਹੁਣ ਟੂਰ ਲਾਉਣ ਗਿਆ ਹੋਇਆ, ਜਦੋਂ ਆ ਗਿਆ ਆਪਾਂ ਗੱਲ ਕਰਾ ਦਾਂਗੇ। ਹਾਂ ਉਹ ਤਾਂ ਕੋਈ ਨਾ, ਵਧੀਆ ਚੱਲਦਾ ਜਿੱਦਾਂ ਟੌਪ 'ਤੇ ਕੰਮ। ਓਏ ਹਾਂ, ਆ ਮੈਸੇਜ ਆ ਗਿਆ ਉਹਦਾ। ਓਏ ਉਹ ਜਿਹੜੀ ਕੁੜੀ ਨੇ ਤੂੰ ਕਹਿੰਦਾ ਸੀ। ਅੱਛਾ ਕੀ ਕਹਿੰਦੀ ਦੇਖ ਫਿਰ। ਕਹਿੰਦੀ ਹਾਂਜੀ ਕਿਵੇਂ ਹੋ। ਕਹਿੰਦੇ ਸੀ ਤਾਂ ਬੁਰ ਕੈਮ ਆ। ਵਧੀਆ ਜੀ, ਤੁਸੀਂ ਦੱਸੋ। ਲੈ ਹਾਏ ਮੈਂ ਤਾਂ ਮੈਸੇਜ ਆ ਗਿਆ। ਹਾਏ ਮੈਂ ਸੱਚੀ ਮੈਸੇਜ ਕੀਤਾ ਇਹਨੇ। ਮੈਂ ਹੁਣ ਕੀ ਕਹਾਂ, ਹੈਲੋ ਕਹਾਂ, ਹਾਂਜੀ ਕਹਾਂ, ਹਾਏ ਕਹਾਂ। ਨਹੀਂ ਮੈਂ ਨਾ ਸਤਿ ਸ਼੍ਰੀ ਅਕਾਲ ਬੁਲਾਉਂਦੀ ਹਾਂ। ਹਾਏ ਮੈਂ ਤਾਂ ਅੱਜ ਸਾਰੀਆਂ ਸਹੇਲੀਆਂ ਨੂੰ ਦੱਸੂੰਗੀ ਕਿ ਮੈਨੂੰ ਇਹਦਾ ਮੈਸੇਜ ਆ ਗਿਆ ਸਿੰਗਰ ਦਾ। ਹਾਂਜੀ ਸਤਿ ਸ਼੍ਰੀ ਅਕਾਲ, ਕਿਵੇਂ ਹੋ ਤੁਸੀਂ? ਔਨਲਾਈਨ ਹੀ ਬੈਠੀ ਹੋ। ਕਿਵੇਂ ਹੋ ਤੁਸੀਂ? ਵਧੀਆ। ਪਿੰਡ ਪੁੱਜੀ ਕਿਹੜੇ ਪਿੰਡ? ਦੱਸਦੇ ਗੰਡੂਆਂ ਦਾ ਕਹਦੇ। ਆਪਣਾ ਪਿੰਡ ਗੰਡੂਆਂ ਜੀ। ਅੱਛਾ ਇਹ ਨਾਲ ਵਾਲੇ ਪਿੰਡ ਤੋਂ ਆ? ਹਾਂਜੀ ਮੈਂ ਵੀ ਤੁਹਾਡੇ ਨਾਲ ਵਾਲੇ ਪਿੰਡ ਤੋਂ ਹੀ ਆ। ਮਿਲਣ ਲਈ ਫਿਰ ਨਾਲ ਦੀ ਪਿੰਡ ਦੀ ਆ ਯਾਰ। ਓਏ ਹਾਂ, ਜਿਸ ਤਰ੍ਹਾਂ ਮੋਜੀ ਜੇ ਪੈਂਦੀ ਇਹਨੂੰ ਪੁੱਛੋ ਵੀ ਮਿਲਦੀ ਹੈ ਕਿੱਥੇ। ਟਾਈਮ ਆਪਾਂ ਲਵੇ 4 ਵਜੇ ਕਹਿੰਦਾ। 4 ਵਜੇ ਦੇ ਵਿਹਲੇ ਹੀ ਤਾਂ ਹੈਗੇ ਆਪਣੇ, ਕੀ ਕਰਨਾ। ਹਾਏ ਹਾਏ ਹੱਜ ਤਾਂ ਰੱਬ ਜਿਵੇਂ ਮੇਰੀ ਨੇੜੇ ਹੋ ਕੇ ਸੁਣੀ ਜਾਂਦਾ। ਹਾਂ ਹਾਂ ਦੱਸੋ ਦੱਸੋ, ਮੈਂ ਮਿਲੂੰਗੀ, ਕਿੱਥੇ ਮਿਲਣਾ? ਐਂ ਕਰ, ਕਿੱਥੇ ਕਹਿੰਦੀ ਹੈ ਨਹਿਰ ਨੂਰ ਤੇ ਨਾ ਮਿਲੀ ਫਿਰ ਉੱਧਰ ਨਾ ਕੋਈ ਆਉਣ ਦਾ ਜਾਂਦਾ ਨਹੀਂ ਹੈਗਾ। ਤੁਸੀਂ ਐਂ ਕਰੋ ਆਪਣੇ ਪਾਰਕ ਉੱਥੇ ਮਿਲ ਲਓ 4 ਵਜੇ। ਓਏ ਪਾਰਕ ਨਾ ਕਹੇ ਤੂੰ, ਨਹਿਰ ਕਹੇ, ਪਾਰਕ 'ਚ ਹੁੰਦੇ ਨੇ। ਹਾਂਜੀ ਮੈਂ ਤੁਹਾਨੂੰ 4 ਵਜੇ ਮਿਲਦੀ ਹਾਂ। ਓਹੋ ਇੱਕ ਤਾਂ ਨਾ ਲੋਕਾਂ ਦੇ ਫੋਨ ਆ ਜਾਂਦੇ ਆ, ਕਹਾਣੀ ਟਿਕਣ ਦਿੰਦੀਆਂ ਪਈਆਂ, ਮੇਰੀ ਜ਼ਿੰਦਗੀ 'ਚ ਵੀ ਗ੍ਰਹਿ ਬਣ ਕੇ ਬੈਠੀਆਂ ਨੇ। ਨਹਿਰ ਕੋਈ ਨਾ ਦੇਖਦੇ ਆ ਬੜਾ, ਇੰਨੇ ਆਪਾਂ ਚੱਲਦੇ ਹਾਂ। ਉਹ ਜੇ ਕਹਦੇ ਵੀ ਮਿਲ ਸਕਦੇ ਹੋ, ਅਗਲੀ ਕਿਤੇ ਕਹਦੇ ਵੀ ਤਾਂ ਨਾਲ ਜੁੜ ਜਾਂਦੇ ਆ। ਬਾ ਠੀਕ ਆ, ਮੈਂ ਤੁਹਾਨੂੰ 4 ਵਜੇ ਮਿਲਦੀ ਹਾਂ ਸਾਡੇ ਪਿੰਡ ਵਾਲੀ ਨਹਿਰ 'ਤੇ। ਚੱਕ ਜੀਤਾ, ਹੁਣ ਤਾਂ ਤੇਰੀ ਜ਼ਿੰਦਗੀ ਬਣ ਜੂਗੀ। ਚੱਲ ਫਿਰ ਚੱਲੀਏ। ਚੱਲ ਫਿਰ ਐਂ ਕਰ, ਕੱਪੜੇ ਜਿਹੇ ਵਧੀਆ ਪਾ ਲਈ, ਪਹਿਲਾਂ ਕੰਮ ਜਾਏ ਉਹਨੇ ਫਿਰ ਆਪਾਂ। ਹਾਂ ਜਾ ਕੇ ਫਿਰ ਆਪਾਂ 4 ਵਜੇ ਨੂੰ ਵਗ ਜਾਵਾਂਗੇ। ਠੀਕ ਆ, ਆ ਜਾ, ਤੈਨੂੰ ਕਿਹਾ ਸੀ ਕੰਮ ਘੈਂਟਾ ਹੋ ਜੂ ਕੰਮ। ਵਾਹਿਗੁਰੂ, ਬਸ ਹੁਣ ਮੈਨੂੰ ਇਹਦੇ ਨਾਲ ਗਾਉਣ ਦਾ ਮੌਕਾ ਮਿਲ ਜੇ ਫਿਰ ਤਾਂ ਮੇਰੀ ਪੂਰੀ ਚੜ੍ਹਾਈ ਹੋ ਜੂ ਸਾਰੇ ਪਿੰਡ 'ਚ। ਆਈ ਵੀ ਬੋਲਦੀਆਂ ਸੀ ਮੈਨੂੰ, ਹੁਣ ਦੇਖੀ ਮੈਂ ਕਿੰਨੀ ਅੱਗੇ ਪਹੁੰਚ ਜੂੰਗੀ।
ਕੌਣ ਹੈ ਭਾਈ? ਆ ਗਈ ਭਾਈ। ਪਤਾ ਨੀ ਕੌਣ ਹੈ, ਚਲ ਦੇਖਾ ਭਲਾ। ਬਸ ਮੈਂ ਤੇਰੇ ਪਿੰਡ ਲੰਘਿਆ ਜਾਂਦਾ ਸੀਗਾ, ਤਾਏ ਨਾਲ ਗੱਲ ਹੋਈ ਸੀਗੀ। ਮੈਂ ਚੱਲ ਜੀਤਾਂ ਨੂੰ ਮੇਰੇ ਚੱਲਦੇ ਆ, ਕਿੰਨਾ ਟਾਈਮ ਕਾਲਜ ਟਾਈਮ ਦੀ ਮਿਲੇ ਹੋਏ ਆਪਾਂ। ਆਹੋ ਪਤਾ ਮੈਨੂੰ। ਪੜ੍ਹਾਈ ਬੰਦ ਕਰਤੀ ਫਿਰ ਅੱਗੇ? ਦਿਖਾਈ ਮੈਨੂੰ ਮਾੜੀ ਰੀਲਾਂ ਜਿਹੜੀਆਂ ਗਾਉਣੀਆਂ ਤੂੰ। ਲੈ ਲੈ ਹੁਣੀ ਦਿਖਾਉਣੀ ਆ। ਮੈਂ ਤੈਨੂੰ ਲੈ ਤੈਨੂੰ ਐ ਕਹਿੰਦਾ ਸੀਗਾ, ਮੈਂ ਕਿਸੇ ਗਾਣੇ ਗੁਣੇ ਚ ਮੇਰਾ ਵੀ ਕਰਾ ਦੇ ਕਿਤੇ ਮਾੜਾ ਮੋਟਾ। ਗੰਡੂਆ ਪਿੰਡ ਤੋਂ ਆ, ਓਹਦੇ ਨਾਲ ਮੈਂ ਤੇਰਾ ਨਾ ਗੱਲ ਕਰਵਾਉਣੀ ਆ ਤੇਰੀ। ਗੈਵੀ? ਮੇਰੇ ਨਾਲ ਗੱਲ ਨੀ ਹਵਾ ਜੀ ਫਿਰਦਾ ਰਹਿੰਦਾ ਗਾ, ਇੰਨਾ ਵਧੀਆ ਬੰਦਾ ਨੀ ਉਹਦਾ। ਘਟੀਆ ਜਮਾ ਬੇਬੇ ਆਈ ਨਾ, ਫੇਰ ਤੇਰਾ ਜਲੂਸ ਹੋਰ ਕੱਢੂ। ਚੱਲ ਨਿਕਲ ਜਾ ਘਰੋਂ। ਤੈਨੂੰ ਹੋਇਆ ਕੀ ਹੈਗਾ? ਤੂੰ ਬੇਇੱਜ਼ਤੀ ਕਿਉਂ ਕਰਦਾ ਮੇਰੇ ਫੇਵਰੇਟ ਸਿੰਗਰ ਦੀ? ਉਹ ਐਵੇਂ ਆ, ਉਹ ਤੈਨੂੰ ਦੱਸਦਾ ਮੈਂ, ਤੂੰ ਨਗਦੇ ਦੇ ਗੱਲਾਂ ਚ ਆ ਜੀ। ਐਡਾ ਸਿੰਗਰ ਨਹੀਂ ਹੈਗਾ ਉਹ, ਨਾਲੇ ਉਹਨੂੰ ਤਾਂ ਢੰਗ ਨਾਲ ਬਾਜਾ ਵੀ ਨਹੀਂ ਵਜਾਉਣਾ ਆਉਂਦਾ ਹੈਗਾ। ਤੂੰ ਇਹ ਦੱਸ ਤੂੰ ਇੱਥੇ ਆਇਆ ਕੀ ਕਰਨ? ਉਹ ਯਾਰ ਮੈਂ ਤੈਨੂੰ ਦੱਸੀਦਾ ਜਾਂਦਾ, ਮੈਂ ਤਾਂ ਕਿਸੇ ਮਾਡਲਿੰਗ ਬਾਰੇ ਆਇਆ ਸੀਗਾ ਵੀ ਤੇਰੇ ਨਾਲ ਕੰਟੈਕਟ 'ਚ ਹੋਊਗਾ ਕੋਈ ਬੰਦਾ ਵੀ ਮੇਰੀ ਮਾਡਲਿੰਗ ਕਰਾ ਦੇ, ਮੈਂ ਵੀ ਬਾਹਰ ਬੂਹਰ ਜਾ ਆਉਂ ਚੰਡੀ ਚੁੰਡੀਗੜ੍ਹ। ਬੂਥੀ ਦੇਖੀ ਤਾਂ ਆਪਦੀ? ਕਿਉਂ ਮੇਰੀ ਬੂਥੀ ਨੂੰ ਕੀ ਹੋਇਆ? ਚੰਗਾ ਭਲਾ ਤਾਂ ਹੈਗਾ ਗਾ ਮੈਂ, ਕਦੀ ਛੋਟ ਹੈ ਮੇਰਾ, ਸੋਹਣਾ ਸੁਨੱਖਾ ਤਾਂ ਬਥੇਰਾ ਗਾ ਮੈਂ। ਕੋਈ ਨੀ, ਦੇਖ ਲਾਂਗੀ ਮੈਂ ਕਿਸੇ ਸਿੰਗਰ ਨਾਲ ਗੱਲ ਕਰਕੇ। ਵੈਸੇ ਜਿਹਨੂੰ ਤੂੰ ਮਾੜਾ ਕਹੀ ਜਾਣਾ ਨਾ, ਕੀ ਪਤਾ ਤੈਨੂੰ ਉਸੇ ਨੇ ਹੀ ਦੇਣਾ ਹੋਵੇ ਮੌਕਾ। ਓਏ ਉਹਨੂੰ ਤਾਂ ਮੈਂ ਪੁੱਛ ਲਿਆ, ਉਹ ਤਾਂ ਮੇਰੀ ਮੂੰਹ ਤੇ ਬੇਇੱਜ਼ਤੀ ਕਰ ਗਿਆ। ਕੀ ਕਹਿੰਦਾ ਤੈਨੂੰ? ਕਹਿੰਦਾ ਤੇਰੇ ਬੱਸ ਦਾ ਕੰਮ ਨਹੀਂ ਹੈਗਾ, ਇਹ ਬੱਸ ਨੂੰ ਦੱਸੀ ਗੱਡੀ ਕੀ ਗੱਲ ਹੈ। ਤੇ ਫਿਰ ਸਹੀ ਕਹਿ ਕੇ ਗਿਆ ਤੈਨੂੰ ਉਹ? ਹਾਂ ਸਹੀ ਕਹਿ ਕੇ ਗਿਆ ਗਾ ਉਹ, ਐਡੀ ਕਿੱਡੀ ਕੀ ਗੱਲ ਆ ਗਈ, ਮੋਡ ਮੋਡਲਿੰਗ ਕਰ ਲੈ। ਚੱਲ ਚੱਲ ਨਿਕਲ ਬਾਹਰ, ਚੱਲ ਨਿਕਲ ਬੇਬੇ ਆ ਤੂੰ। ਮੇਰੇ ਮੇਰੇ ਤੇ ਕੀ ਗੁੱਸਾ ਹੈਗਾ? ਤੂੰ ਚੱਲ ਸਾਡੇ ਘਰੋਂ ਬਾਹਰ, ਨਾਲੇ ਉਹ ਮੈਂ ਚੰਗੀ ਤਰ੍ਹਾਂ ਜਾਣ ਲੱਗ ਰਿਹਾ। ਹਾਂ ਤੂੰ ਜਾਣਦਾ ਉਹਨੂੰ ਚਾ, ਉਹ ਤੂੰ ਦਿਮਾਗ ਤੋਂ ਬਸ ਸਾਡੇ ਘਰੇ ਨਾ ਜੀ, ਸਮਝ ਗਿਆ? ਤੂੰ ਤਾਂ ਦਿਮਾਗ ਤੋਂ ਕੰਮ ਲੈ ਲੈ, ਠੀਕ ਹੈ? ਤੂੰ ਪਛਤਾਏਂਗੀ ਬਹੁਤ। ਹਾਂ ਮੈਂ ਪਛਤਾ ਲੂੰਗੀ, ਤੂੰ ਜਾ ਨਿਕਲ ਘਰੋਂ। ਚੱਲ ਮਰਜ਼ੀ ਹੈ, ਜਿੱਤਾਂ ਤੇਰੀ ਦੇਖ ਲੈ। ਅੱਜ ਤੋਂ ਬਾਅਦ ਸਾਡੇ ਘਰੇ ਵੜ ਗਿਆ ਨਾ ਤੇ ਦੇਖ ਲਈ ਫਿਰ, ਚੱਲ ਜਾ ਬਾਹਰ। ਆ ਜਾਂਦੇ ਨੇ ਦਿਮਾਗ ਖਾਣ ਮੇਰਾ ਸਵੇਰੇ ਸਵੇਰੇ। ਮਾਂ ਮਾਂ ਮੇਰੀ ਗੱਲ ਸੁਣ। ਹਾਂ ਪੁੱਤ। ਤੈਨੂੰ ਪਤਾ ਮੈਨੂੰ ਮੈਸੇਜ ਆਇਆ ਸੀ ਉਹਦਾ ਹੀ ਜਿਹਦਾ ਮੈਂ ਤੈਨੂੰ ਕਹਿ ਰਹੀ ਸੀ ਨਾ। ਅੱਛਾ। ਹਾਂ ਤੇ ਮਾਂ ਮੈਂ ਨਾ ਮਿਲਣ ਜਾਣਾ ਸੀਗਾ, ਗੱਲ ਕਰਕੇ ਆਉਂਗੀ ਗਾਣੇ ਬਾਰੇ ਕਿ ਮੇਰੇ ਨਾਲ ਕਦੋਂ ਗਾਣਾ ਕਰੋਂਗੇ ਤੁਸੀਂ। ਅੱਛਾ ਪੁੱਤ, ਦੇਖ ਲਾ ਪੁੱਤ, ਮੈਂ ਤਾਂ ਤੈਨੂੰ ਐਂ ਕਹਿ ਰਹੀ ਸੀ ਕਿਤੇ ਤੇਰੇ ਬਾਪੂ ਵਾਲੀ ਨਾ ਗੱਲ ਸੱਚੀ ਨਾ ਹੋ ਜੇ, ਮਾੜਾ ਜਿਹਾ ਧਿਆਨ ਰੱਖੀ।
ਲੈ ਮਾਂ ਤੂੰ ਮੇਰੀ ਟੈਨਸ਼ਨ ਲਈ ਜਾਂਦੀ ਆ, ਚੱਲ ਠੀਕ ਆ, ਬਾਏ ਬਾਏ, ਜਾ ਰਹੀ ਹਾਂ ਮੈਂ, ਚੱਲ ਚੰਗਾ। ਪਾਗਲ ਹੋ ਜਾਂਦੀਆਂ, ਤੁਸੀਂ ਕੋਈ ਰੈਕਟ ਨਹੀਂ ਦਿੱਤਾ ਹੈਗਾ। ਇਹਦੇ ਚ ਪਾਗਲ ਹੋਣ ਵਾਲੀ ਕਿਹੜੀ ਗੱਲ ਆ, ਮੈਨੂੰ ਪਤਾ ਮੈਨੂੰ ਵਧੀਆ ਲੱਗਦੇ ਹੋ ਤੁਸੀਂ, ਮੈਂ ਨਾ ਤੁਹਾਨੂੰ ਘਰੇ ਟੀਵੀ ਤੇ ਵੀ ਦੇਖਦੀ ਆ। ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ, ਤੁਹਾਡੇ ਗਾਣੇ ਸੁਣਦੀ ਆ ਮੈਂ। ਓਕੇ, ਮੈਂ ਵੀ ਗਾਉਣੀ ਆ। ਹਾਂ ਮੈਂ ਦੇਖਿਆ ਤੁਹਾਡੀ ਪ੍ਰੋਫਾਈਲ ਤੇ, ਤੁਹਾਡਾ ਲਿਖਿਆ ਸੀ ਬਾਇਓ ਵਿੱਚ ਮੈਂ ਸਿੰਗਿੰਗ ਦਾ। ਹਾਂ ਮੈਨੂੰ ਬੜਾ ਸ਼ੌਂਕ ਆ ਗਾਉਣ ਦਾ, ਮੈਂ ਘਰੇ ਬੇਬੇ ਨੂੰ ਸਾਰੇ ਸੁਣਾਉਣੀ ਨੇ ਗਾਣੇ ਤੁਹਾਡੇ ਵਾਲੇ ਵੀ ਗਾ ਗਾ ਕੇ। ਅੱਛਾ ਜੀ, ਅੱਛਾ ਜੀ, ਠੀਕ ਹੈ ਠੀਕ ਹੈ। ਤੁਹਾਡੀ ਵਾਇਸ ਬਹੁਤ ਸੋਹਣੀ ਹੈ, ਮੈਂ ਸੁਣਿਆ ਸੀ ਤੇ ਰੀਲ ਪਾਈ ਤੁਸੀਂ ਨਾ, ਬਹੁਤ ਸੋਹਣਾ ਗਾਉਣਾ ਤੁਸੀਂ ਵੀ। ਧੰਨਵਾਦ, ਮੈਂ ਜਾਵਾਂ ਘਰੇ। ਚੱਲੇ ਵੀ ਵਾਲੇ ਤਾਂ ਤੁਸੀਂ ਹੁਣ ਆਏ ਹੋ, ਬਹਿ ਜਾਓ। ਹਲੇ ਕੀ ਹੋਇਆ, ਮੈਨੂੰ ਘਰੇ ਬਾਪੂ ਲੜੂਗਾ। ਕਿਉਂ ਲੈ, ਬਹਿ ਕੇ ਗੱਲ ਕਰਦੇ ਹੈ ਆਪਾਂ, ਪਹਿਲਾਂ ਕੁਛ ਵੀ ਨਹੀਂ ਹੋਇਆ, ਤੁਸੀਂ ਤਾਂ ਆ ਕੇ ਖੜੇ ਹੋ। ਚਲੋ ਮੇਰੀ ਨਾ ਬੇਬੇ ਲੜੂ ਘਰੇ, ਨਾਲੇ ਬਾਪੂ ਵੀ ਆਉਣੇ ਵਾਲਾ। ਠੀਕ, ਚਲੋ ਚੱਲੇ, ਚਲੋ ਠੀਕ ਆ, ਬਾਏ। ਓਕੇ, ਚਲੋ ਫਿਰ ਮਿਲਦੇ ਆਪਾਂ, ਠੀਕ ਆ, ਬਾਏ। ਕਿਉਂ ਓਏ ਯਾਰ, ਮੇਰਾ ਤਾਂ ਨਾ ਕੁੜੀ ਤੇ ਦਿਲ ਆ ਗਿਆ। ਉਹ ਇਹਨਾਂ ਦੇ ਨਾਰਮਲ ਜਿਹੀ ਘਰ ਨਹੀਂ ਲੱਗਦੀ, ਵਧੀਆ ਜਾਲ ਚ ਫਸ ਜੂ ਆਪਣੇ। ਬਸ ਫਿਰ ਚੱਲ, ਤੈਨੂੰ ਕੁੜੀ ਚਾਹੀਦੀ ਗਾਉਣ ਵਾਸਤੇ। ਆਪਾਂ ਇਸੇ ਗੱਲ ਦਾ ਫਾਇਦਾ ਚੱਕਣਾ ਸੀ, ਬੁਲਾਉਣੇ ਫਿਰ ਸਟੂਡੀਓ ਇਹਨੂੰ। ਹਾਂ, ਇੱਕ ਦੋ ਵਾਰ ਸਟੂਡੀਓ ਚ ਲੈ ਰੀਲਾਂ ਹੀ ਆਪਾਂ ਕਿੰਨੇ ਜੀ ਖੁਸ਼ ਹੋਈ ਦਾ। ਜੇ ਹੁੰਦੀ ਕੱਬੀ ਨਾ, ਜਦੋਂ ਬਾਹ ਫੜੀ ਜਦੋਂ ਭੱਜ ਜਾਂਦੀ ਤਾਂ ਟਿੱਕ ਕੇ ਜੇ ਬਹਿਗੀ। ਹਾਂ, ਪਰ ਯਾਰ ਸਭ ਨਹੀਂ ਲੱਗੀ ਮੈਨੂੰ। ਉਹ ਚੱਲ, ਤੇਰਾ ਕੰਮ ਬਣ ਜੂਗਾ, ਨਾਲ ਤਾਂ ਗਾਣੇ ਹੋ ਜਾਣਗੇ ਆਪਣੇ। ਸਤਿਗੁਰ, ਹਾਂ, ਮੇਰੇ ਦਿਮਾਗ 'ਚ ਇੰਨੀਆਂ ਟੈਨਸ਼ਨ ਆਈਆਂ ਪੈ ਰਹੀਆਂ ਸੀ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਸੀ, ਆਹ ਕੁੜੀ ਮੈਨੂੰ ਮਿਲ ਕੇ ਨਾ ਮੇਰੀ ਸਾਰੀ ਟੈਨਸ਼ਨਾਂ ਦੂਰ ਹੋ ਗਈਆਂ। ਬਾਬੇ ਹੋਰ ਕੀ ਮੰਗਦਾ, ਇਹਨੂੰ ਕਰ ਬੁੱਕ। ਚੱਲ ਚੱਲੀਏ ਫਿਰ ਆਪਾਂ। ਚੱਲ।
ਚੱਲ ਇਹਨੂੰ ਕਰਦੇ ਆਪਾਂ। ਉਹ ਕਹਿੰਦੀ ਕੀ ਸੀ ਫਿਰ? ਕਹਿੰਦਾ ਕੁਛ ਨਹੀਂ ਬਸ ਮਿਲ ਗਈ। ਚੱਲ ਕੋਈ ਨਾ ਬੁਲਾਉਣੇ ਸਟੂਡੀਓ। ਚੱਲ ਇਹ ਤੂੰ ਕਰਾਉਣੇ ਰਿਆ ਜੋ। ਆ ਚੱਲੀਏ। ਹਾਂਜੀ ਦੋਸਤੋ, ਕੀ ਹਾਲ ਚਾਲ ਨੇ ਤੁਹਾਡੇ? ਕਿਸਮਤ ਦੇ ਰਾਹ ਤੁਸੀਂ ਦੇਖ ਹੀ ਚੁੱਕੇ ਹੋਵੋਗੇ। ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਅੱਗੇ ਵੀਡੀਓ ਸ਼ੇਅਰ ਕਰਕੇ ਜ਼ਰੂਰ ਦੱਸਿਓ, ਕਿਉਂਕਿ ਸਾਨੂੰ ਫਿਰ ਹੀ ਪਤਾ ਲੱਗੂਗਾ ਤੁਹਾਨੂੰ ਇਹ ਵੀਡੀਓ ਕਿੰਨੀ ਕੁ ਪਸੰਦ ਆਈ, ਕਿਉਂਕਿ ਆਪਣੇ ਫੁੱਲ ਮਤਲਬ ਸਟੋਕ ਪੂਰਾ ਕੀਤਾ ਹੋਇਆ ਗਾ। ਇਹ ਐਪੀਸੋਡ ਚੱਲਣਗੇ ਅਤੇ ਕੰਟੀਨਿਊ ਅੱਗੇ, ਜਿਹੜਾ ਤਾਂ ਲਾਸਟ ਦੇ 'ਚ ਰਿਜ਼ਲਟ ਨਿਕਲਣਾ, ਬਹੁਤ ਸੋਹਣਾ ਮੈਸੇਜ ਨਿਕਲਣਾ, ਕਿਉਂਕਿ ਤੁਸੀਂ ਇਸ ਵੀਡੀਓ ਦੇ ਵਿੱਚ ਜੁੜੇ ਰਹੋ ਐਂਡ ਤੱਕ। ਬਾਕੀ ਲਾਈਕ ਕਮੈਂਟ ਬਹੁਤ ਸੋਹਣੇ ਸੋਹਣੇ ਕਰੋ, ਫਿਰ ਹੀ ਸਾਨੂੰ ਪਤਾ ਲੱਗੂਗਾ ਵੀ ਕਿੱਦਾਂ ਦੀ ਤੁਹਾਨੂੰ ਵੀਡੀਓ ਲੱਗੀ, ਕਿੱਦਾਂ ਰਿਸਪੋਂਸ ਮਿਲ ਰਿਹਾ ਹੈਗਾ। ਬਾਕੀ ਜਿਵੇਂ ਹੁਣ ਤੁਸੀਂ ਇੱਕ ਇਹ ਚੀਜ਼ ਕਰਕੇ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਹੜਾ ਕਰੈਕਟਰ ਜ਼ਿਆਦਾ ਵਧੀਆ ਲੱਗਿਆ, ਜੀਤਾ ਦਾ, ਪਾਲੀ ਦਾ, ਬੰਟੀ ਦਾ, ਮਿੰਜ ਬੇਅੰਤ ਦਾ। ਬਾਕੀ ਨਵੇਂ ਨਵੇਂ ਕਰੈਕਟਰ ਅੱਗੇ ਵੀ ਲੈ ਕੇ ਆਉਂਦੇ ਰਹਾਂਗੇ, ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਵੀ ਇੱਦਾਂ ਦਾ ਕਰੈਕਟਰ ਤੁਸੀਂ ਪਾਓ ਵੀਡੀਓ ਦੇ ਵਿੱਚ। ਬਸ ਬਾਤ ਉਹਦਾ ਪਿਆਰ ਦਿਓ, ਤਾਂ ਸਾਨੂੰ ਤੁਹਾਡੇ ਪਿਆਰ ਦੀ ਜ਼ਰੂਰਤ ਹੈਗੀ। ਅੱਗੇ ਸ਼ੇਅਰ ਕਰ ਦਿਓ ਦੱਬ ਕੇ, ਇੱਦਾਂ ਹੀ ਕੰਟੀਨਿਊ ਚੱਲੂਗੀ ਕਿਸਮਤ ਦੇ ਰਾਹ।